ਮਾਲਕ ਜੀ, ਮੇਰਾ ਨਾਮ ਵਿਸ਼ਾਲ ਸਿੰਘ ਹੈ, ਮੈਂ ਅੰਮ੍ਰਿਤਸਰ ਤੋਂ ਹਾਂ। ਸੋ ਲਿਖਿਆ, ਮਾਲਕ ਜੀ, ਮੈਂ ਪਲੱਸ ਟੂ ਪਾਸ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਲਈ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐਡਮਿਸ਼ਨ ਕਰਵਾਉਣੀ ਸੀ। ਤਾਂ ਮੈਂ ਯੂਨੀਵਰਸਿਟੀ ਵਿੱਚ BA/BEd ਵਿੱਚ ਐਡਮਿਸ਼ਨ ਕਰਵਾਈ, ਪਰ ਟੈਸਟ ਦੀ ਡੇਟ ਨਿਕਲਣ ਕਰਕੇ ਮੇਰਾ ਕੰਮ ਨਾ ਬਣਿਆ। ਫਿਰ ਮਾਲਕ ਜੀ, ਮੈਂ BA ਸੋਸ਼ਲ ਸਾਇੰਸ ਵਿੱਚ ਰਜਿਸਟ੍ਰੇਸ਼ਨ ਕਰਵਾਈ। ਫਿਰ ਮਾਲਕ ਜੀ, ਮੈਂ ਤੁਹਾਡੀ ਰਹਿਮਤ ਨਾਲ ਟੈਸਟ ਵਿੱਚੋਂ ਪਾਸ ਹੋ ਗਿਆ। ਫਿਰ ਮਾਲਕ ਜੀ, ਕਾਉਂਸਲਿੰਗ ਵਾਲੇ ਦਿਨ ਇੱਕ ਰੈਂਕ ਘੱਟ ਹੋਣ ਕਰਕੇ ਮੈਨੂੰ ਸੀਟ ਨਹੀਂ ਮਿਲੀ। ਫਿਰ ਮਾਲਕ ਜੀ, ਮੇਰੇ ਪਾਪਾ ਨੇ ਮੈਨੂੰ ਕਿਹਾ, ਕੋਈ ਗੱਲ ਨਹੀਂ, ਤੂੰ ਆਪਣਾ ਨਾਮ ਵੇਟਿੰਗ ਲਿਸਟ ਵਿੱਚ ਪਵਾ ਦੇ। ਪਰ ਮਾਲਕ ਜੀ, ਸਾਰੇ ਕਹਿੰਦੇ ਸੀ ਕਿ ਵੇਟਿੰਗ ਲਿਸਟ ਵਿੱਚ ਨਾਮ ਪਵਾਉਣ ਵਾਲੇ ਨੂੰ ਕਦੀ ਸੀਟ ਨਹੀਂ ਮਿਲਦੀ, ਉਹਦਾ ਕੰਮ ਬਣਨਾ ਬਹੁਤ ਮੁਸ਼ਕਿਲ ਹੈ। ਸੋ ਮਾਲਕ ਜੀ, ਮੇਰੇ ਪਿਤਾ ਜੀ ਨੇ MLA ਦੀ ਅਤੇ ਇੱਕ ਦੋ ਹੋਰ ਲੋਕਾਂ ਦੀ ਵੀ ਸਿਫਾਰਿਸ਼ ਕਰਵਾਈ, ਪਰ ਗੱਲ ਨਹੀਂ ਬਣੀ, ਕਿਉਂਕਿ ਸੀਟਾਂ ਖਤਮ ਹੋਣ ਕਰਕੇ ਗੱਲ ਨਹੀਂ ਬਣੀ। ਫਿਰ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਤੇਰੀ ਐਡਮਿਸ਼ਨ ਹੋਰ ਕਿਤੇ ਕਰਵਾ ਦਿੰਦੇ ਹਾਂ। ਪਰ ਮਾਲਕ ਜੀ, ਮੇਰੇ ਪਿਤਾ ਜੀ ਦੀ ਸਮਰੱਥਾ ਨਹੀਂ ਸੀ ਕਿ ਉਹ ਮੈਨੂੰ ਕਿਸੇ ਵਧੀਆ ਕਾਲਜ ਜਾਂ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਪੜ੍ਹਾ ਸਕਣ। ਫਿਰ ਮਾਲਕ ਜੀ, ਮੈਂ ਨਿਰਾਸ਼ ਹੋ ਕੇ ਬੈਠ ਗਿਆ। ਫਿਰ ਜਦੋਂ ਮੈਂ ਨਿਰਾਸ਼ ਹੋ ਕੇ ਬੈਠਾ ਸੀ ਤਾਂ ਮਾਲਕ ਜੀ, ਮੈਂ YouTube 'ਤੇ ਫਿਰ ਤੁਹਾਡਾ ਸਤਸੰਗ ਸੁਣਿਆ। ਸਤਸੰਗ ਸੁਣਦੇ ਸੁਣਦੇ ਜਦੋਂ ਮੈਂ ਦਿਲੋਂ ਨਿਆਜ ਦੀ ਬੇਨਤੀ ਕੀਤੀ ਤਾਂ ਹਾਲੇ ਸਤਸੰਗ ਸੁਣਦਾ ਹੀ ਪਿਆ ਸੀ ਕਿ ਮੈਨੂੰ ਮੈਸੇਜ ਆ ਗਿਆ। ਵੈਸੇ ਮੈਸੇਜ ਕਾਹਦਾ ਆਇਆ ਸੀ? ਅੱਛਾ, ਯਾਨੀ ਵੇਟਿੰਗ ਲਿਸਟ ਦਾ ਮੈਸੇਜ ਆ ਗਿਆ, ਇਹ ਲਿਖ ਦੇਣਾ ਚਾਹੀਦਾ ਸੀ। ਬਹੁਤ ਅੱਛੀ ਗੱਲ ਹੈ। ਵੇਟਿੰਗ ਵਿੱਚ ਕੰਮ ਬਣਨਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਮੇਰੀ ਮੰਮੀ ਨੇ ਕਿਹਾ, ਉਹ ਸੀਟ ਕਿਉਂ ਨਹੀਂ ਮਿਲੇਗੀ, ਚੱਲ ਮਾਲਕਾਂ ਦੇ। ਸ਼ਾਬਾਸ਼, ਇਹਨੂੰ ਕਹਿੰਦੇ ਵਿਸ਼ਵਾਸ। ਫਿਰ ਮਾਲਕ ਜੀ, ਮੇਰੀ ਮੰਮੀ ਪਾਪਾ ਦਰਬਾਰ 'ਤੇ ਆਏ, ਔਰ ਜਦੋਂ ਉਹ ਦਰਬਾਰ 'ਤੇ ਆਏ ਤਾਂ ਮੈਂ ਉਸ ਵੇਲੇ ਆਪਣੀ ਕੌਂਸਲਿੰਗ 'ਤੇ ਚਲਾ ਗਿਆ ਸੀ। ਫਿਰ ਮਾਲਕ ਜੀ, ਮੈਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਉੱਥੇ ਬੈਠਾ ਰਿਹਾ। ਫਿਰ ਮਾਲਕ ਜੀ, ਮੇਰੀ ਮੰਮੀ ਨੇ ਮੈਨੂੰ ਵੀਡੀਓ ਕਾਲ 'ਤੇ ਤੁਹਾਡੇ ਦਰਸ਼ਨ ਕਰਵਾਏ। ਅਜੇ ਮੈਂ ਦਰਸ਼ਨ ਕੀਤੇ ਹੀ ਸੀ ਕਿ ਨਾਲ ਹੀ ਮੈਨੂੰ ਗਾਰਡ ਨੇ ਕੌਂਸਲਿੰਗ ਰੂਮ ਵਿੱਚ ਬੁਲਾਇਆ। ਮਾਲਕ ਜੀ, ਉਹਨਾਂ ਨੇ ਮੈਨੂੰ 1 ਘੰਟਾ ਵੇਟ ਕਰਨ ਲਈ ਕਿਹਾ। ਫਿਰ ਮਾਲਕ ਜੀ, ਕੌਂਸਲਿੰਗ ਹੋਣ ਤੋਂ ਬਾਅਦ ਮੈਨੂੰ ਤੁਹਾਡੀ ਰਹਿਮਤ ਨਾਲ ਸੀਟ ਮਿਲ ਗਈ। ਮਾਲਕ ਜੀ, ਤੁਹਾਡੀ ਰਹਿਮਤ ਨਾਲ ਮੈਨੂੰ ਸੀਟ ਮਿਲ ਗਈ। ਮੈਂ ਮਾਲਕ ਜੀ, ਪੜ੍ਹ ਕੇ UPSC ਕਰਕੇ ਅਫਸਰ ਬਣਨਾ ਚਾਹੁੰਦਾ ਹਾਂ। ਮਾਲਕ ਜੀ, ਮੈਨੂੰ ਪਤਾ ਹੈ ਕਿ ਮੈਨੂੰ ਮਿਹਨਤ ਕਰਨੀ ਪੈਣੀ ਹੈ, ਔਰ ਮੈਂ ਮਿਹਨਤ ਕਰਨ ਨੂੰ ਤਿਆਰ ਹਾਂ, ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਰਹਿਮਤ ਮੇਰੇ ਨਾਲ ਹੈ। ਵਾਕਈ ਅਸੀਂ ਤਾਂ ਦੱਸੀਦਾ, ਮਿਹਨਤ ਤੁਸੀਂ ਕਰਨੀ ਤਾਂ ਰਹਿਮਤ ਮਾਲਕ ਨੇ ਕਰਨੀ। ਸੋ ਸ਼ਾਬਾਸ਼ ਲਿਖਦਾ, ਥੈਂਕ ਯੂ ਮਾਲਕ ਜੀ। ਮਾਲਕ ਜੀ, ਅੱਜ ਮੈਂ ਆਪਣੀ ਮੰਮੀ ਪਾਪਾ ਨਾਲ ਖੁਸ਼ੀ ਦੀ ਨਿਆਜ਼ ਲੈ ਕੇ ਆਇਆ ਹਾਂ। ਆਈ ਲਵ ਯੂ ਮਾਲਕ ਜੀ। ਜੈ ਮਾਲਕਾਂ ਦੀ, ਜੈ ਮਾਲਕਾਂ ਦੀ, ਜੈ ਮਾਲਕਾਂ ਦੀ। ਸ਼ੁਕਰੀਆ, ਆਈ ਲਵ ਯੂ ਟੂ। ਸੋ ਖੁਸ਼ ਰਹਿਣਾ ਹਮੇਸ਼ਾ। ਦੱਸੀਦਾ, ਜਿੱਥੇ ਦੁਨੀਆ ਕਹਿੰਦੀ ਹੈ ਕੰਮ ਨਹੀਂ ਹੋਣਾ ਮੁਸ਼ਕਿਲ ਹੈ, ਉੱਥੇ ਵੀ ਇਨਸਾਨ ਆਪਣੇ ਮਾਲਕ 'ਤੇ ਵਿਸ਼ਵਾਸ ਰੱਖੇ ਤਾਂ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ। ਔਰ ਤੇਰੀ ਜ਼ਿੰਦਗੀ 'ਚ ਦਿਖਾਈ ਦਿੱਤਾ ਮਾਲਕਾਂ ਨੇ ਨਾ। ਸ਼ਾਬਾਸ਼, ਬੈਠੋ।